ਪੜ੍ਹਾਉਣ ਦਾ ਸ਼ੌਂਕ ਸੀ ਬੱਚੇ ਨੇ, ਫਿਰ ਆਪਦੀ ਖੇਚਲ ਨਾਲ ਪੜ੍ਹ ਗਿਆ ਬੱਚਾ। ਉਹਨੇ ਮਿਹਨਤ ਕੀਤੀ, ਅੱਲਾ ਨੇ ਉਹਦੀ ਪੂਰੀ ਪਾਈ। ਨਵੀਂ ਕਲਾਸ 'ਚ ਹੈਗਾ ਸੀ ਜਦੋਂ, ਉਦੋਂ ਫਿਰ ਉਹਦੇ ਅੱਬੂ ਨੇ ਫਿਰ ਗੁੱਸਾ ਚੜ੍ਹ ਗਿਆ। ਬੰਦੇ ਦਾ ਦਿਮਾਗ ਹੁੰਦਾ, ਆਖਣ ਲੱਗਾ ਨਹੀਂ ਪੜ੍ਹਾਉਣਾ। ਮੈਂ ਆਖਾਂ ਪੜ੍ਹਾਉਣਾ ਹੈ, ਉਹਨੇ ਆਖਿਆ ਨਹੀਂ ਪੜ੍ਹਾਉਣਾ। ਸਾਨੂੰ ਮਾਂ ਪੁੱਤਰਾਂ ਨੂੰ ਕੁੱਟਿਆ ਬੱਚਾ, ਫਿਰ ਚੁੱਪ ਕਰ ਗਿਆ। ਸੁਭਾਅ ਦਾ ਨਹੀਂ ਸਕੂਲ ਜਾਣ ਦੇਣਾ। ਮੈਂ ਇਸ਼ਾਰੇ ਨਾਲ ਆਖਿਆ ਆਪਦੇ ਬੱਚੇ ਨੂੰ, ਬੇਟਾ ਤੂੰ ਸਕੂਲ ਚਲਾ ਜਾ, ਜੋ ਕੁਛ ਹੋਵੇਗੀ ਮੈਂ ਜੋ ਹੈਗੀ ਹਾਂ ਮਾਂ ਤੇਰੀ। ਬੱਚਾ ਫਿਰ ਮੇਰਾ ਸਕੂਲ ਗਿਆ ਚਲਾ, ਅੱਲਾ ਨੇ ਉਹਨੂੰ ਕਾਮਯਾਬ ਕੀਤਾ। ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ, ਉਹਨੇ ਬਾਜ਼ੂ ਫੜ ਲਏ ਸੋਹਣੇ ਨੇ। ਬੱਚੇ ਦੀ ਮਿਹਨਤ, ਬੱਚੇ ਦੇ ਉਸਤਾਦ ਨੇ ਵੀ ਬਹੁਤ ਖੇਚਲ ਕੀਤੀ ਮੇਰੇ 'ਤੇ, ਉਹਦੇ ਉਸਤਾਦ ਨੇ ਹੀ ਲਵਾਇਆ ਉਹਨੂੰ। ਲੋਕ ਕਹਿੰਦੇ ਨੇ ਵੀ ਟੀ ਸੀ ਆਪ ਨੇ ਹੌਲਾ ਹੈ, ਮੈਂ ਨਹੀਂ, ਬੱਚਾ ਆਪ ਹਿੰਮਤ ਮਾਰੇ ਨਾ ਅਤੇ ਉਸਤਾਦ ਵੀ ਹਿੰਮਤ ਮਾਰਦਾ। ਮੇਰੇ ਬੱਚੇ ਨੇ ਉਸਤਾਦ ਨੇ ਡੋਮੀਸਾਲ ਬਣਵਾ ਕੇ, ਨੌਕਰੀ ਲਵਾ ਕੇ ਮੇਰੇ ਬੱਚੇ ਨੂੰ ਫਿਰ ਟੀ ਸੀ ਆਪ 'ਚੋਂ ਕੱਢਿਆ। ਮਾਸ਼ਾ ਅੱਲਾ, ਕੋਈ ਉਸਤਾਦ ਇੰਨੀ ਹਿੰਮਤ ਕਰਦੇ ਨੇ। ਮਾਵਾਂ ਤਾਂ ਘੱਲ ਹੀ ਦਿੰਦੀਆਂ ਨੇ, ਮਾਵਾਂ ਨੂੰ ਕੀ ਪਤਾ, ਬੱਚਾ ਪੜ੍ਹ ਕੇ ਆਇਆ, ਬੱਚਾ ਖੇਡ ਕੇ ਆਇਆ, ਬੱਚਾ ਆਪ ਵੀ ਖੇਚਲ ਕਰੇ, ਪੁੱਤਰ ਫਿਰ ਗੱਲ ਹੁੰਦੀ ਹੈ। ਮੈਂ ਤੈਨੂੰ ਦੱਸ ਰਹੀ ਹਾਂ ਨਾ ਪੁੱਤਰ, ਮੇਰੇ ਬੱਚੇ ਨੇ ਅਖਬਾਰ ਪੜ੍ਹਿਆ ਸੀ, ਅਖਬਾਰ ਦੇ ਉੱਤੇ ਇਹੀ ਟਰਾਈ ਸੀ, ਬੇਟਾ ਜਿਹੜਾ ਬੱਚੇ ਨੂੰ ਪੜ੍ਹਨ ਦਾ ਸ਼ੌਂਕ ਹੈ ਨਾ, ਪੜ੍ਹਾਈ ਨਾ ਛੱਡੇ। ਅਤੇ ਸਾਡੇ ਨੇਵੀ ਦੇ ਦਫ਼ਤਰ 'ਚ ਕਿਸੇ ਆਉਣਾ ਹੈ ਨਾ, ਅਤੇ ਇਤਵਾਰ ਨੂੰ ਵੀ ਆ ਸਕਦਾ, ਅਸੀਂ ਐਤਵਾਰ ਨੂੰ ਵੀ ਇੰਟਰਵਿਊ ਲੈ ਸਕਦੇ ਹਾਂ। ਹੈਂ, ਮੇਰਾ ਬੱਚਾ 3-4 ਐਤਵਾਰ, ਪੂਰਾ ਮਹੀਨਾ ਹੀ, ਮਹੀਨੇ ਦੇ 4 ਹਫ਼ਤੇ ਹੁੰਦੇ ਨੇ, ਅਤੇ ਉਹਦਾ ਐਤਵਾਰ ਨੂੰ ਚਲਾ ਜਾਂਦਾ, ਉਹਦਾ ਬਾਪ ਮੈਨੂੰ ਲੜਦਾ, ਉਹਦੀ ਐਤਵਾਰ ਵੀ ਛੁੱਟੀ ਨਹੀਂ ਹੁੰਦੀ। ਉਹ ਕਿਹੜੇ ਸਕੂਲ 'ਚ ਪੜ੍ਹਨ ਲੱਗ ਪਿਆ? ਮੈਨੂੰ ਤਾਂ ਉਹਨੇ ਦੱਸਿਆ ਹੋਇਆ ਸੀ। ਮੈਂ ਕਿਹਾ ਕੋ ਹੋਵੇਗਾ ਸਕੂਲ ਦਾ, ਆਪਾਂ ਨੂੰ ਕੀ ਪਤਾ, ਨਾ ਆਪਾਂ ਸਕੂਲ ਪੜ੍ਹੇ, ਨਾ ਆਪਾਂ ਨੂੰ ਪਤਾ ਵੀ ਕਿਵੇਂ ਦੇ ਸਕੂਲ ਨੇ ਕਿਵੇਂ ਨਹੀਂ। ਲਾਹੌਰ ਜਾਂਦਾ ਹੈ, ਖਰੇ ਕਿਸ ਹਿਸਾਬ ਦੇ ਪੇਪਰ ਨੇ, ਕਿਸ ਦੇ ਨਹੀਂ। ਲੈ, ਉਹ ਐਡਾ ਹੀ ਸਰਕਾਰੀ ਦਾਇਰੇ ਤਾਂ ਐਤਵਾਰ ਨੂੰ ਬੰਦ ਹੁੰਦੇ ਨੇ, ਉਹਦਾ ਖੁੱਲ੍ਹਾ ਹੀ ਹੁੰਦਾ। ਉਹ ਫਿਰ ਜਿਸ ਵਕਤ ਉਹ ਨਾ ਪੇਪਰ ਦੇ ਲੈਣਾ 4 ਹਫ਼ਤੇ, ਉਹਨੇ ਆਖਿਆ ਬੇਟਾ ਤੂੰ ਕਾਮਯਾਬ ਹੋ ਗਿਆ, ਅਤੇ ਹੁਣ ਤੇਰਾ ਕਰਾਂਚੀ ਕਾਗਜ਼ ਤੇਰੇ ਘਾਲ ਦੇਣੇ, ਜਿਹਦੇ 'ਤੇ ਉਹਨੇ ਆਖਣਾ ਵੀ ਫਲਾਣੇ ਦਿਨ ਡਿਊਟੀ, ਉਸ ਦਿਨ ਤੈਨੂੰ ਫੋਨ ਕਰਨਾ ਹੈ, ਤੂੰ ਫੋਨ ਨੰਬਰ ਦੇ ਜਾ। ਮੇਰਾ ਬੇਟਾ ਫੋਨ ਨੰਬਰ ਦੇ ਆਇਆ, ਆਇਆ ਅਤੇ ਆਉਂਦਾ ਅੰਮੀ ਤੈਨੂੰ ਮੁਬਾਰਕ ਹੋਵੇ ਬਾਪ ਤੋਂ ਚੋਰੀ। ਮੈਂ ਆਖਿਆ ਖੈਰ ਮੈਂ, ਅੰਮੀ ਹੁਣ ਮੈਨੂੰ ਨਾ ਟੈਲੀਫੋਨ ਆਉਣਾ ਹੈ ਮੇਰੀ ਨੌਕਰੀ ਦਾ, ਅਤੇ ਮੈਂ ਉਸ ਦਿਨ ਚਲਿਆ ਜਾਣਾ। ਅਤੇ ਵਿਸਾਖ ਦੇ ਦਿਨ ਇਹ ਕਣਕ ਵਡਾਉਂਦਾ ਪਿਆ ਬਾਪ ਨੂੰ ਆਪਦੇ ਨੂੰ, ਅਤੇ ਫੋਨ ਆ ਗਿਆ, ਅਤੇ ਟੀਚਰ ਸੁਗਰਾ ਨਾਲ ਬਹੁਤ ਪਿਆਰ ਸੀ ਉਹਦਾ ਸਿਰਕੇ ਜਾ, ਟੀਚਰਾਂ ਸਾਰੀਆਂ ਨੇ ਮੇਰੇ ਬੱਚੇ ਨਾਲ ਮੁਹੱਬਤ ਮੇਰੇ ਨਾਲੋਂ ਜ਼ਿਆਦਾ ਕੀਤੀ, ਟੀਚਰਾਂ ਨੇ ਬਹੁਤ ਮੁਹੱਬਤ ਕੀਤੀ ਮੇਰੇ ਬੱਚੇ ਨਾਲ, ਮੈਂ ਇਹਨਾਂ 'ਤੇ ਬੜੀ ਖੁਸ਼ ਹਾਂ। ਫੋਨ ਆਇਆ ਨਾ, ਅਤੇ ਬਾਪਾਂ ਦਾ ਸੂ ਟੀਚਰ ਸੁਗਰਾ ਦਾ ਫੋਨ ਹੀ, ਅਤੇ ਵੇਖ ਕੇ ਆਉਂਦਾ ਅੱਬੂ ਜੀ ਮੇਰੀ ਨੌਕਰੀ ਦਾ ਹੈ, ਕਹਿੰਦਾ ਮੇਰਾ ਅੱਬੂ ਐਂ ਹੋ ਗਿਆ ਜਿਵੇਂ ਗੁਲਾਬ ਦਾ ਫੁੱਲ ਖੇਡਦਾ, ਅੰਮੀ ਮੇਰਾ ਅੱਬੂ ਖੁਸ਼ ਹੋ ਗਿਆ। ਕਹਿੰਦਾ ਨੌਕਰੀ ਕਿਹਨੇ ਲਵਾਇਆ ਜੀ? ਮੈਂ ਅੱਬੂ ਜੀ ਮੈਂ ਜਾਂਦਾ ਨਹੀਂ ਸੀ ਐਤਵਾਰ ਨੂੰ, ਮੈਂ ਤੇਰੀ ਮਾਂ ਨਾਲ ਐਵੇਂ ਲੜਦਾ ਸਾਂ, ਮੈਨੂੰ ਉਹਨੇ ਦੱਸਿਆ ਹੀ ਨਹੀਂ। ਕਹਿੰਦਾ ਅੱਬੂ ਜੀ ਮੈਂ ਆਪ ਹੀ ਕਿਹਾ ਸੀ ਅੰਮੀ ਨੂੰ, ਤੂੰ ਨਾ ਦੱਸੀ ਕੀ ਪਤਾ ਕੰਮ ਬਣਨਾ ਹੈ ਕਿ ਨਹੀਂ ਬਣਨਾ। ਮੇਰੇ ਅੱਬੂ ਨੇ ਫਿਰ ਆਖਣਾ ਸਕੂਲ ਛੱਡ ਦੇ। ਘਰ ਆਇਆ ਤਾਂ ਕਹਿੰਦਾ ਮੁਬਾਰਕ ਤੇਰਾ ਬੇਟਾ ਨੌਕਰੀ ਲੱਗ ਗਿਆ।